सिक्योरिटी का काम है 1800 रुपया तनखाई ते कंपनी का रूम ही फूड कंपनी का ही ठीक है 300 रुपया इन दी एंट्री फी यू आज तू आके रात मेरे को रहना सुबह तानू काम ते चढ़ा देना ठीक है तानू पैसे पहले देने पैने नहीं क्योंकि मैं तुम्हारे पासपोर्ट दी रह के अगे रजिस्ट्रेशन करवानी है अगे रजिस्ट्रेशन जो करवानी ने तो उन्होंने मैं पैसे भी पाने मुलाकात लिए नहीं तो मैं बंदा होना रिसीव कर लेंदे बंदा पर मैं सिर्फ तेरे न मुलाकात लिए आया मिलिया हूं पेज तो ग्रा ग्रा के आ लगे भैन तो इन्हू मिलिया मुंडा गोरा जा तस्वीर नहीं हैगी दानिश नाम है गां आलम दा नाम लै रहे आलम कहिंदे यार मेरा नाम लै के बहुत यूज कीता है सारे रली मुली भगते आ पर आया भैन जदों हैगा नहीं इन्हू फोन बड़े कीते नैट ऑन है चुक्कन नहीं दिया मुंडा बैठा मैं चल फिर आ गया मैं लैण मैं 300 दिन 100 रुपया आन जांदा किराया ला ला ग्रापां दे तेरे नाल कोई गलबात हुई थी जां नहीं तू इहदे नाल गलबात कीती ये तो बात तू कोई गल बात पूछ तो के पैसे देने कि नहीं भाजी देने तुसी दसो काम ते लवा दूंगे ठीक है नहीं लवाऊंगे भाजी पैसे वापस कर दो इना गल कर उस तो बाद नहीं तो इहदा दुआला कढ़दा गोनी ग्रुप जे मैं उस्ताद ते मुंडे बैठे आ जिहड़े रूम च ने भाया सी ओह रूम च हैगा नहीं हुण मैं उत्थों रूम च बाहर निकल के ग्रैब कराण लगा 20-25 मुंडे आ ओह सारे कहिंदे साडा नहीं बंदा हैगा इहदा नाम दानिश आ आलम दा नाम लै रहा उस वेरा जेड़ा ओह कहिंदा मेरा नहीं बंदा हैगा ओहदा फोन च गल हैगा ते कोई नहीं फोन चुकेगा ते इहनूं मैं दसांगे वी सारा गोली पा के गोली दे रहे बंदे ਭਾਜੀ ਉਹ ਸਵੇਰ ਦਾ ਨਹੀਂ ਰਿਸਪੋਂਸ ਦੇ ਰਿਹਾ ਮੈਂ ਸਾਰਿਆਂ ਨਾਲ ਗੱਲ ਕਰ ਲਈ ਉਹ ਦੇ ਨਹੀਂ ਦਿਆ ਇੱਕ ਮੁੰਡਾ ਦੇ ਕੰਬਲ ਲਾ ਪਿਆ ਮੈਂ ਰਿਪੋਰਟ ਲਿਖਾਉਣ ਲੱਗਾ ਉਹ ਸਵੇਰ ਦਾ ਨਹੀਂ ਕੋਈ ਜਵਾਬ ਦੇ ਰਿਹਾ ਇਹਦਾ ਗਰੁੱਪਾਂ 'ਚ ਪਾਓ ਨੰਬਰ ਤੇ ਇਹਨੂੰ ਪਤਾ ਲੱਗੇ ਭੈਣ ਚੋਂ ਮੈਂ ਕਿ ਗਰੁੱਪ 'ਚ ਪਾ ਦਿੱਤੇ ਦੋ ਗਰੁੱਪਾਂ 'ਚ ਭਾਜੀ ਆਹ ਬੰਦਾ ਗਰੁੱਪ ਆਪਣੇ 'ਚ ਐਡ ਆ ਠੀਕ ਆ ਭਾਜੀ ਇਹਨਾਂ ਨੇ ਐਡ ਪਾਈ ਸੀਗੀ ਆਪਣੇ ਕੰਮ ਦੀ ਠੀਕ ਜੀ ਕੰਮ ਦੀ ਐਡ ਪਾਈ ਸੀ ਅਤੇ ਇਹਨਾਂ ਨੇ ਰੁਪਈਆ 300-400 ਰੁਪਇਆ ਇਕੱਠਾ ਕਰ ਲਿਆ 15-20 ਬੰਦਿਆਂ ਤੋਂ ਠੀਕ ਆ ਜੀ 15-20 ਬੰਦੇ ਭੇਜੇ ਅਤੇ ਉਹਨਾਂ ਤੋਂ ਰੁਪਈਆ 300-400 ਰੁਪਇਆ ਇਕੱਠਾ ਕਰ ਲਿਆ ਉਸ ਤੋਂ ਬਾਅਦ ਕੋਈ ਰਿਪਲਾਈ ਨਹੀਂ ਕਰ ਰਿਹਾ ਕੋਈ ਮੈਸੇਜ ਨਹੀਂ ਕੋਈ ਕਿਸੇ ਨੂੰ ਕੰਮ 'ਤੇ ਨਹੀਂ ਲਵਾਇਆ ਅਤੇ ਇਸ ਤਰ੍ਹਾਂ ਜੀ ਗੇੜੀਆਂ ਦੇ ਰਹੇ ਅਤੇ ਆਪਣੇ ਗਰੁੱਪ 'ਚ ਚੋਰ ਬੰਦਾ ਵਾ ਇਹਨਾਂ ਨੂੰ ਕੋਈ ਜੇ ਤਾਂ ਹੁੰਦਾ ਵਾ ਕੰਮ ਠੀਕ ਆ ਨਹੀਂ ਹੁੰਦਾ ਤਾਂ ਲੋੜ ਹੀ ਨਹੀਂ ਹੈ ਕਿਸੇ ਨੂੰ ਮੈਸੇਜ ਪਾਉਣ ਦੀ ਠੀਕ ਆ ਵਿੱਚ ਦੇਖ ਮੇਰਾ ਵੀਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਇਹੋ ਜਿਹੇ ਮੈਟਰ ਦੇ ਵਿੱਚ ਸਾਨੂੰ ਨਾ ਕਹੋ ਤੁਸੀਂ ਆਪ ਗਲਤ ਆ ਠੀਕ ਆ ਮੈਂ ਤਾਂ ਇਹਦੇ ਨਾਲ ਇਹਨਾਂ ਨਾਲ ਗਾਣਾ ਇਹਨਾਂ ਨੂੰ ਗਾਣਾ ਕੱਢਣ ਦੀ ਬਜਾਏ ਮੈਂ ਤਾਂ ਤੁਹਾਨੂੰ ਬੜਾ ਜਿਹੜੇ ਉੱਥੇ 300-300 ਰੁਪਈਆ ਦੇਣ ਗਏ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਇਹ ਪੈਸੇ ਵਾਲਿਆਂ ਦਾ ਨਾ ਕੰਮ ਕਰੋ ਪਰ ਨਹੀਂ ਤੁਹਾਡੇ ਵੀ ਖਾਜ ਹੁੰਦੀ ਹੈ ਤੁਸੀਂ ਉੱਡ ਉੱਡ ਕੇ ਜਾਂਦੇ ਹੋ ਤੁਹਾਡੇ ਜੀ ਜ਼ਿਆਦਾ ਪੈਸੇ ਤਾਂ ਮੈਂ ਜਮ੍ਹਾਂ ਕਰਾ ਲਓ ਮੇਰੀ ਰੋਟੀ ਦੇ ਪੈਸੇ ਕਾਫੀ ਲੱਗ ਗਏ ਕਈਆਂ ਲੋਕਾਂ ਨੇ ਖਾ ਕੇ ਤੇ ਉਹ ਗਾਇਬ ਹੋ ਗਏ ਤੇ ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਠੀਕ ਹੈ ਗਲਤੀ ਤੁਹਾਡੀ ਹੈ ਇਹ ਤਾਂ ਹੈਗੇ ਇਹ ਤਾਂ ਗੰਦੇ ਆਂਡੇ ਆ ਸਰ ਇਹਨਾਂ ਦਾ ਪੈਸੇ ਲੈ ਗਿਆ ਹੋਣਾ ਹੀ ਇਹਦਾ ਲਬਾਨਾ ਪਾ ਦਿਓ ਨਾਲੇ ਹੈਗਾ ਵੀ ਕੋਈ ਹੋਰ ਇਹ ਹੈਗਾ ਵੀ ਪਾਕਿਸਤਾਨੀ ਹੋਰ ਦੱਸੋ ਠੀਕ ਹੈ ਇੱਥੋਂ ਇੱਦੋਂ ਪਹਿਲਾਂ ਤੁਸੀਂ ਗਲਤ ਆ ਤੁਸੀਂ ਨਾ ਪੈਸਿਆਂ ਦੇ ਦਿੱਕਤ 'ਚ ਪਾਓ ਅਤੇ ਤੁਹਾਨੂੰ ਪਹਿਲਾਂ ਦੱਸਿਆ ਤੁਸੀਂ ਆਪਦਾ ਚਾਰਜ ਕਰੇਗਾ ਕਿਉਂਕਿ ਕੰਮ ਮਿਲ ਜੂ ਕੋਈ ਕਰੇ ਨਾ ਮਿਲੇਗਾ ਤਾਂ ਭੈਣ ਦਾ ਵੇਖੀ ਜਾਊਗਾ ਜੋ ਸਾਡੀ ਕਿਸਮਤ ਹੋਊਗਾ ਉਹਦੀ ਟੈਂਟ ਲਾ ਕੇ ਸਿੱਧਾ ਘਰ ਚੱਲ ਜਾਵਾਂਗੇ ਇਹੀ ਆ ਹੈਂ ਪਰ ਇੱਦਾਂ ਲੋਕਾਂ ਨੂੰ ਪੈਸੇ ਦੇਣ ਨਾਲ ਪਤਾ ਨਹੀਂ ਕੀ ਹੋਊਗਾ ਨਾ ਮੁੜ ਕੇ ਬਾਅਦ 'ਚ ਸਾਨੂੰ ਬੰਦੇ ਲੱਭਦੇ ਰਹਿੰਦੇ ਜੀ ਇਹਨੇ ਕੰਮ ਪਾਇਆ ਜੀ ਇਹਨੇ ਪੈਸੇ ਦਿੱਤੇ ਆ ਉਹ ਤਾਂ ਹੈਗੇ ਹੀ ਆ ਬੰਦੇ ਆਉਂਦੇ ਆ ਉਹਨਾਂ ਨੇ ਤਾਂ ਪੈਸੇ ਮੰਗਣੇ ਆ ਇਹਨਾਂ ਨੂੰ ਪਹਿਲਾਂ ਤੁਸੀਂ ਗਲਤ ਆ ਇਹੋ ਜਿਹਾ ਨੂੰ ਲੱਤਾਂ ਮਾਰੋ ਜਿਹੜਾ ਪੈਸੇ ਮੰਗਦਾ ਉਹਦੀ ਮਾਂ ਭੈਣ ਇੱਕ ਸੜੀ ਨਾ ਕਰਕੇ ਫੋਨ ਕੱਟ ਦਿਓ ਕੋਈ ਗੱਲ ਜੇ ਬਾਹਲਾ 19-21 ਚਾਹੁੰਦਾ ਗਰੁੱਪ ਚ ਬਾਹਰ ਕੋਈ ਵੀ ਦੇਖ ਲਾਂਗੇ ਕੌਣ ਆ ਕਿੱਡਾ ਗੋਰਾ ਦੇਖ ਮੇਰਾ ਵੀਰ ਮੇਰਾ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ